ਜੇ ਮੇਰਾ ਦਿਓਰ ਆ ਪਖੰਡੀ ਸਾਧ ਬਾਬਾ ਬਣਿਆ ਏ ਮਹਾਰਾਜ ਦਾ ਪ੍ਰਕਾਸ਼ ਰੱਖ ਕੇ ਤੇ ਉਸਦੀ ਤੇ ਪੂਜਾ ਨਹੀਂ ਕਰਦਾ ਤੇ ਇੱਕ ਉਹਦੇ ਕੋਲ ਬੀਬੀਆਂ ਆਉਂਦੀਆਂ ਬੀਬਾ ਤੇ ਕੋਈ ਆਉਂਦਾ ਨਹੀਂ। ਹੁਣ ਉਹਨੇ ਮੇਰੇ ਪਤੀ ਨੂੰ ਕਿਹਾ ਏ ਮੇਰਾ ਪਤੀ ਸ਼ਾਮਾਂ ਨੂੰ ਮਹਾਰਾਜ ਦਾ ਪ੍ਰਕਾਸ਼ ਕਰਨ ਜਾਂਦਾ 5-6 ਵਜੇ 10-11 ਵਜੇ ਘਰ ਆਉਂਦਾ ਆਉਂਦਾ ਮੇਰੇ ਨਾਲ ਡੇਲੇ ਕੱਢ ਕੇ ਲੜਦਾ ਵਾ ਉਹਨਾਂ ਵੀ ਨਾਲ ਇਹ ਕਹਿ ਕੇ ਹਾਂਜੀ ਭੈਣ ਜੀ ਕੀ ਕਿਹੜਾ ਪਿੰਡ ਹੈ ਤੁਹਾਡਾ ਜੀ? ਪਿੰਡ ਕੋਟਲੀ ਸੱਕੇ ਵਾਲੀ ਗੁਰੂ ਕੇ ਬਾਗ ਨਾ। ਕੀ ਨਾਂ ਜੇ? ਮੇਰਾ ਨਾਂ ਸੁਖਵੰਤ ਕੌਰ, ਮੇਰੇ ਪਤੀ ਦਾ ਨਾਂ ਗੁਰਦੀਪ ਸਿੰਘ ਨੰਬਰਦਾਰ। ਅੱਛਾ, ਅਤੇ ਕੀ ਗੱਲ ਹੋਈ ਆ ਜੀ ਘਰੋਂ ਤੁਹਾਨੂੰ ਕਹਿੰਦੀ ਕੱਢਿਆ ਗਿਆ, ਕਿਉਂ ਕੱਢਿਆ ਗਿਆ? ਉਹ ਵੇਖੋ ਜੀ ਮੇਰਾ ਦਿਓਰ ਆ ਪਖੰਡੀ ਸਾਧ ਬਾਬਾ ਬਣਿਆ ਏ ਮਹਾਰਾਜ ਦਾ ਪ੍ਰਕਾਸ਼ ਰੱਖ ਕੇ। ਕੀ ਨਾਂ ਉਹਦਾ? ਕੁਲਵੀਰ ਘੁੰਨਾ। ਅਤੇ ਮਹਾਰਾਜ ਦਾ ਪ੍ਰਕਾਸ਼ ਰੱਖ ਕੇ ਅਤੇ ਉਸਦੀ ਤਾਂ ਪੂਜਾ ਨਹੀਂ ਕਰਦਾ ਅਤੇ ਇੱਕ ਉਹਦੇ ਕੋਲ ਬੀਬੀਆਂ ਆਉਂਦੀਆਂ ਬੀਬਾ ਤਾਂ ਕੋਈ ਆਉਂਦਾ ਨਹੀਂ, ਹੁਕਮ ਆਪਣੇ ਕੋਲੋਂ ਲਾ ਦਿੰਦਾ ਜੋ ਜੀ ਕਰਦਾ। ਹੁਣ ਉਹਨੇ ਮੇਰੇ ਪਤੀ ਨੂੰ ਕਿਹਾ ਏ ਮੇਰਾ ਪਤੀ ਸ਼ਾਮਾਂ ਨੂੰ ਮਹਾਰਾਜ ਦਾ ਪ੍ਰਕਾਸ਼ ਕਰਨ ਜਾਂਦਾ 5-6 ਵਜੇ 10-11 ਵਜੇ ਘਰ ਆਉਂਦਾ ਆਉਂਦਾ ਮੇਰੇ ਨਾਲ ਡੇਲੇ ਕੱਢ ਕੇ ਲੜਦਾ ਵਾ। ਉਹਨੇ ਇਹ ਹੁਕਮ ਲਾਇਆ ਵੀ ਹੁਣ ਇਹਨੂੰ ਇਹਦਾ ਸਮਾਂ ਖਤਮ ਹੋ ਗਿਆ, ਇਹਨੂੰ ਘਰ ਨਹੀਂ ਰੱਖ ਸਕਦੇ, ਇਹਨੂੰ ਘਰੋਂ ਕੱਢਿਆ ਜਾਵੇ। ਉਹਨਾਂ ਮੈਨੂੰ ਮਾਰ ਕੁੱਟ ਕੇ ਘਰੋਂ ਕੱਢਤਾ ਵਾ, ਨਾਲ ਉਹਨੂੰ ਇਹ ਕਿਹਾ ਕਿ ਹੁਣ ਆਪਾਂ ਇਹਨੂੰ ਲਿਆਉਣਾ ਨਹੀਂਗਾ। ਇੱਕ ਮੇਰਾ 8 ਸਾਲ ਬਾਅਦ ਬੇਟਾ ਬਾਹਰ ਹੋਇਆ, ਮੈਨੂੰ ਉਹਦੇ ਨਾਲ ਮਿਲਣ ਵਰਤਨ ਦਿੱਤਾ, ਕਿਸੇ ਰਿਸ਼ਤੇਦਾਰ ਕੋਲ ਨਹੀਂ ਜਾਣ ਦਿੱਤਾ, ਨਾ ਹੀ ਮੈਨੂੰ ਗੁਰਦੁਆਰਾ ਸਾਹਿਬ ਉਸ ਨਾਲ ਗੁਰੂ ਕੇ ਬਾਗ ਜਾਣ ਦਿੱਤਾ ਅਤੇ ਨਹੀਂ ਹੁਕਮ ਇਹਦੇ ਨਾਲ ਜਾਣ ਦਾ। ਉਹਨੂੰ ਵੀ ਆਪਣੇ ਘਰ ਰੱਖਦਾ, ਉਹਨੂੰ ਖਾਣਾ ਖਵਾਉਂਦਾ, ਜਿੱਥੇ ਜੀ ਕਰੇ ਸੈਰ ਕਰਾਉਂਦਾ ਗੱਡੀਆਂ 'ਚ ਖੜ ਕੇ, ਮੇਰੇ ਕੋਲ ਨਹੀਂ ਆਉਣ ਦਿੰਦਾ। ਕਿੰਨੇ ਬੱਚੇ ਤੁਹਾਡੇ? 3 ਬੱਚੇ ਨੇ ਬੇਟੇ ਆ। ਅਤੇ ਉਹ ਵੀ ਤੁਹਾਡੇ ਕਹਿਣੇ ਵਿੱਚ ਨੇ? ਮੇਰੇ ਕਹਿਣੇ 'ਚ ਕੋਈ ਨਹੀਂ ਗਾ, ਸਾਰੇ ਉਹਦੇ ਕਹਿਣੇ 'ਚ ਹੀ ਬੋਲਦੇ ਆ। ਛੋਟੇ ਬੇਟੇ ਨੇ ਮੈਂ ਕਹਿੰਦੇ ਹਾਂ, ਸਾਰੇ ਪਿੰਡ ਵੀ ਕਹਿੰਦਾ ਏ, ਅੱਜ ਕੋਈ ਡਰਦਾ ਗੱਲ ਭਾਵੇਂ ਨਾ ਕਰੇ, ਸਾਰਾ ਪਿੰਡ ਇਹ ਗੱਲ ਛੋਟੇ ਬੇਟੇ ਨੂੰ ਕਹਿੰਦਾ ਕਿ ਦੂਜਾ ਘੁੰਨਾ ਵਾ, ਉਹ ਤਾਂ ਘੁੰਨਾ ਹੀ ਬੋਲਦਾ ਵਾ ਉਹਦੇ ਵਿੱਚ। ਅਤੇ ਪੇਕੇ ਤੁਹਾਡੇ ਕਿਹੜੇ ਪਿੰਡ ਆ? ਪੇਕੇ ਮੇਰੇ ਪਿੰਡ ਕੋਹਾਲੀ ਤੋਂ ਆ। ਪਿਤਾ ਮੇਰੇ ਪੂਰੇ ਹੋ ਚੁੱਕੇ, ਵੱਡਾ ਭਰਾ ਮੇਰਾ ਪੂਰਾ ਹੋ ਚੁੱਕਾ, ਛੋਟਾ ਭਰਾ ਮੇਰਾ ਮੂਰਖ ਆ, ਭਤੀਆ ਮੇਰਾ ਛੋਟਾ, ਉਹ ਮੇਰੇ ਪੁੱਤਾਂ ਤੋਂ ਡਰਦਾ, ਮੇਰੀ ਗੱਲ ਵਿੱਚ ਨਹੀਂ ਆਉਂਦਾ। ਵਿਆਹ ਨੂੰ ਕਿੰਨਾ ਚਿਰ ਹੋ ਗਿਆ ਤੁਹਾਡੇ? ਵਿਆਹ ਮੇਰਾ 99 ਸਾਲ ਦਾ ਵਿਆਹ ਹੋਇਆ ਜੇ। ਅਤੇ ਪਹਿਲਾਂ ਦਾ ਤੁਹਾਡੇ ਜਿਹੜੇ ਪਰਿਵਾਰਕ ਸੰਬੰਧ ਕਿਵੇਂ ਰਹੇ ਕਿ ਪਹਿਲਾਂ ਤੋਂ ਕੁੱਟਮਾਰ ਹੁੰਦੀ ਰਹੀ ਹੈ? ਪਹਿਲਾਂ ਠੀਕ ਸੀ, ਜਦੋਂ ਇਹ ਬਾਬਾ ਬਣਿਆ ਅਤੇ ਮੈਂ ਇਹਨੂੰ ਬਾਬਾ ਨਹੀਂ ਮੰਨਿਆ, ਉਸ ਤੋਂ ਇਹਨੇ ਮੇਰੇ ਨਾਲ ਜ਼ਹਿਰ ਬੀਜ ਕੇ ਈਰਖਾ ਕਰਦਾ। ਬਾਬਾ ਬਣਿਆ ਕਿੰਨੇ ਚਿਰ ਦਾ? ਬਾਬਾ ਇਹ ਕੋਈ 2000 ਸਾਲ ਦਾ ਬਣਿਆ ਹੋਊਗਾ, ਜਦੋਂ ਇਹਦਾ 2002 'ਚ ਵਿਆਹ ਹੋ ਗਿਆ ਉਦੋਂ ਬਾਬਿਆਣੀ ਆ ਗਈ, ਉਦੋਂ ਫਿਰ ਪੱਕਾ ਬਾਬਾ ਬਣ ਗਿਆ, ਵੀ ਬੀਬੀ ਕਰਕੇ ਬੀਬੀਆਂ ਆਉਣ ਡਹਿ ਪਈਆਂ, ਉਦੋਂ ਫਿਰ ਪੱਕਾ ਬਾਬਾ ਬਣ ਗਿਆ, ਲੋਕ ਭੈਣ ਦਾ ਘਰ ਵੀ ਇਹਨੇ ਲੁੱਟ ਕੇ ਖਾ ਲਿਆ। ਕੀ ਜਿਹੜੀਆਂ ਉਹਦੇ ਸੰਗਤ ਕੋਈ ਆਉਂਦੀ, ਬੀਬੀਆਂ ਆਉਂਦੀਆਂ ਵਾ, ਕੀ ਕਰਦਾ ਕੀ ਉੱਥੇ? ਮੈਨੂੰ ਨਹੀਂ ਪਤਾ, ਮੈਂ ਆਪਣੇ ਘਰ ਵਾਲੀ ਹਾਂ, ਜਿੰਮ ਕਿਤੇ ਜਾਵਾਂ ਤਾਂ ਉਹ ਲੋਕਾਂ ਨੂੰ ਕਹਿੰਦਾ ਹੁੰਦਾ ਨਾਈ ਸੰਗਤ ਨੂੰ ਵੀ ਇਹਨੂੰ ਤੂੰ ਸਭ ਬੁਲਾਉਣਾ ਨਹੀਂ ਗਾ, ਆਪੇ ਖਲੋ ਕੇ ਚਲੇ ਜੂਗੀ। ਅਤੇ ਮੇਰੀ ਨਨਾਣ ਆਉਂਦੀ ਹੁੰਦੀ ਸੀ, ਉਹਨੂੰ ਵੀ ਲੁੱਟ ਕੇ ਖਾ ਲਿਆ, ਕੋਈ ਉਹਦਾ 8-10 ਲੱਖ ਰੁਪਈਆ, ਕੋਈ 10 ਤੋਲੇ ਸੋਨਾ ਖਾ ਲਿਆ। ਇੱਕ ਸਾਡਾ ਸਾਂਝਾ ਰਿਸ਼ਤੇਦਾਰ ਸੀ ਭਿੱਟੇ ਵੱਡਾ ਤੋਂ, ਇਹਨਾਂ ਦਾ ਮਾਮੇ ਦਾ ਪੁੱਤ ਸੀ, ਇਹਨਾਂ ਨੇ ਉਹਨੂੰ ਪਹਿਲਾਂ ਤਾਂ ਲੁੱਟ ਲੁੱਟ ਖਾਂਦੇ ਰਹੇ, ਲਲਚਾ ਲਾਉਂਦੇ ਰਹੇ ਵੀ ਤੇਰੇ ਮੁੰਡੇ ਬਾਹਰ ਜਾਣਗੇ, ਤੇਰੀ ਪਤਨੀ ਠੀਕ ਹੋ ਜੂ, ਜਿੱਥੇ ਕੋਈ ਦਰਦਾ ਪੀੜ ਜੋ ਉਹਨੂੰ ਹੁੰਦਾ ਹੋਊਗਾ ਗਿੱਟਾ ਗੋਡਾ, ਉਹਨੂੰ ਬਹਾਨਾ ਲਾ ਕੇ ਖਾਈ ਗਏ, ਉਹਦੇ ਕੋਲ 40-50 ਲੱਖ ਰੁਪਈਆ ਖਾ ਕੇ ਉਹਨੂੰ ਵੀ ਧੋਖਾ ਦਿੱਤਾ, ਹੁਣ ਉਹਦਾ ਤਲਾਕ ਕਰਾ ਦਿੱਤਾ। ਹੁਣ ਮੈਨੂੰ ਕਹਿੰਦੇ ਆ ਕਿ ਤੂੰ ਸਾਡੇ ਨਾਲ ਵਕੀਲ ਕਰਕੇ ਤਲਾਕ ਕਰ ਲਾ, ਦੱਸੋ ਮੇਰੇ ਨਾਲ ਕੌਣ ਜਾ ਕੇ ਵਕੀਲ ਕਰੇ, ਮੈਨੂੰ ਪਤਾ ਨਹੀਂ ਵਕੀਲ ਕਿੱਥੇ ਹੁੰਦੇ ਆ, ਮੈਂ ਇਸ ਗੱਲ 'ਚ ਨਹੀਂ ਸਾਂਭਣਾ ਚਾਹੁੰਦੀ, ਮੈਨੂੰ ਅੱਜ ਹਾਰ ਕੇ ਇਹਨਾਂ ਲੈਣਾ 'ਤੇ ਤੁਰਨਾ ਪਿਆ ਵਾ। ਅਤੇ ਤੁਹਾਡਾ ਜਾਇਦਾਦ ਦਾ ਵੀ ਹੈਗਾ ਕੋਈ ਮਸਲਾ? ਜਾਇਦਾਦ ਦਾ ਮਸਲਾ ਉਸੇ ਦਿਓਰ ਨੇ ਮੇਰੇ ਘਰ ਵਾਲੇ ਨੂੰ ਕਮਲਾ ਬਣਾਇਆ ਵਾ, ਉਹਦੇ ਕੋਲ ਉਦੋਂ ਮੈਂ ਮੰਜੇ 'ਤੇ ਪਈ ਸੀ, 5 ਲੱਖ ਦੀ ਲਿਫਟ ਬਣਾ ਕੇ ਕਿਹਾ ਤੁਹਾਡੇ ਆੜਤੀਏ ਦਾ ਕਰਜ਼ਾ ਲਾ ਦਾਂਗੇ, ਤੁਹਾਡੇ ਦੋਧੀ ਦਾ ਕਰਜ਼ਾ ਲਾ ਦਾਂਗੇ।
ਉਸਨੇ ਸਾਰੇ ਪੈਸੇ ਖਾ ਕੇ ਆਖਿਆ ਵੀ ਤੇਰੀ ਘਰਵਾਲੀ ਮੂਰਖ ਆ, ਕਾਪੀ ਨਾ ਖੜ, ਮੇਰੀ ਦਰਾਣੀ ਨੇ ਕਿਹਾ। ਜਦੋਂ ਮੈਂ ਪੜ੍ਹੀ ਲਿਖੀ ਸਾਂ, ਮੈਂ ਮੂਰਖ ਨਹੀਂ ਸਾਂ, ਮੈਂ ਕਾਪੀ ਉਸੇ ਵੇਲੇ ਪੜ੍ਹੀ ਜਦੋਂ ਕਾਪੀ 'ਤੇ 500,000 ਤੋਂ ਉੱਡ ਕੇ 600 ਰੁਪਈਆ ਰਹਿ ਗਿਆ। ਦਰਾਣੀ ਨੇ ਕਾਪੀ ਮੇਰੇ ਸਿਰ 'ਚ ਮਾਰੀ, ਕੰਧ ਕੀਤੀ, ਕੰਧ ਤੋਂ ਪਾਰ ਸੁੱਟ ਕੇ ਆਖਿਆ ਲੈਲਾ ਹੋਣਗੇ ਕਾਪੀ। ਉਹ ਕਾਪੀ ਬੋਲਦੀ ਆ, ਮੈਂ ਉਸੇ ਵੇਲੇ ਪੜ੍ਹੀ ਕਿੰਨੇ ਵਜੇ ਨਾਲ ਲੱਖ ਕਢਾਇਆ, ਕਿੰਨੇ ਵਜੇ ਨਾਲ ਜਿਸ ਤਰ੍ਹਾਂ ਨਾਲ ਕਢਾਇਆ, ਵੀ 500,000 ਖਾ ਗਿਆ ਦਿਓਰ ਮੇਰਾ। ਅਤੇ ਜੇ ਆੜਤੀਏ ਕੋਈ ਜਿਨਸ ਸੁੱਟਦੇ ਆ, ਉੱਥੇ ਘਰਿੰਦਰ ਨਾਂ ਦਾ ਬੰਦਾ ਰਹਿੰਦਾ ਵਾ, ਉਹ ਸਾਡਾ ਨਾ ਕੋਈ ਅੰਗ ਆ ਨਾ ਸਾਕ ਆ, ਉਹ ਜਾ ਕੇ ਜੈਲਾ ਆੜਤੀਆ ਖਤਰਾਵਾਂ ਦਾ ਉਹਦੇ ਕੋਲ ਜਾ ਕੇ 70,000 ਰੁਪਈਆ ਲਿਆਇਆ। ਉਹਨੇ ਮੇਰੇ ਘਰ ਵਾਲੇ ਨੂੰ ਕਿਹਾ, ਗੁਰਦੀਪ ਤੈਨੂੰ ਮੂਰਖ ਬਣਾਉਂਦੇ ਆ, ਅਤੇ ਤੂੰ ਭਲਾ ਮਾਨਸ ਬੰਦਾ ਵਾ, ਅਤੇ ਤੈਨੂੰ ਲੁੱਟ ਲੁੱਟ ਖਾਂਦੇ, ਜਿਨਸ ਤੇਰੀ ਹੋਵੇ ਤਾਂ ਰਿੰਦਰ ਕੌਣ ਹੋਵੇ ਪੈਸੇ ਖੜਨ ਵਾਲਾ। ਅਤੇ ਉਹ ਜਦੋਂ ਵੀ ਜਿਨਸ ਜਾਂਦੀ ਆ, ਜਿਵੇਂ ਹੁਣ ਵੀ ਜਿਨਸ ਗਈ ਆ, ਅਤੇ ਮੈਨੂੰ ਘਰੋਂ ਕੱਢਿਆ ਗਿਆ ਵਾ, ਸਾਡੀ 3 ਟਰਾਲੀਆਂ ਕਣਕ ਗਈ, ਇੱਕ ਮੇਰਾ ਦਿਓਰ, ਉਹਦਾ ਵਿਆਹ ਨਹੀਂ ਹੋਇਆ, ਉਹ ਸਾਧੂ ਸੰਤ ਬੰਦਾ ਵਾ, ਉਹਨੇ 16 ਸਾਲ ਬਾਬੇ ਉਹਦੀ ਜਾਇਦਾਦ ਖਾਧੀ ਆ, 4 ਸਾਲ ਮੇਰੇ ਘਰ ਆਏ ਨੂੰ ਹੋ ਗਿਆ, ਉਹਨੂੰ ਕੋਈ ਹਿੱਸਾ ਵੜੀ ਨਹੀਂ ਦਿੰਦਾ, ਉਹਦਾ ਜਾ ਕੇ ਮੌਕਿਆਂ ਬੇਨਤੀ ਕਰਦੀ ਹਾਂ ਵੀ ਉਹ ਮੇਰੇ ਦਿਓਰ ਦੀ ਵੀ ਹੈਲਪ ਕੀਤੀ ਜਾਵੇ। ਉਹ ਕੁੱਲੀ ਬੰਨ੍ਹ ਕੇ ਰਹਿੰਦਾ, ਉੱਥੇ ਉਹਦੇ ਕੱਛੇ ਝੱਗੇ ਟੰਗੇ, ਉੱਥੇ ਉਹਦੇ ਆਟੇ ਪਏ ਆ। ਉਹਦੀ ਜਿਨਸ ਸੀ 3.5 ਕਿੱਲੇ ਪੈਲੀ, 3.5 ਮੇਰੀ, ਉਹ ਕਣਕ ਗਈ ਆ, ਹਿਸਾਬ ਹੋਣ ਤੋਂ ਪਹਿਲਾਂ ਮੈਨੂੰ ਕੁੱਟ ਕੇ ਘਰੋਂ ਕੱਢਿਆ ਗਿਆ, ਕਿਉਂਕਿ ਉਹ ਪੈਸੇ ਬਾਬੇ ਨੇ ਖਾਣੇ ਆ, ਇਸ ਕਰਕੇ ਕੱਢਿਆ ਗਿਆ। ਇਹਦੇ ਸੰਬੰਧ ਵਿੱਚ ਤੁਸੀਂ ਕੋਈ ਦਰਖਾਸਤ ਦਿੱਤੀ ਹੋਵੇ ਥਾਣੇ ਨੂੰ? ਮੈਂ ਦਰਖਾਸਤ ਪਹਿਲਾਂ ਵੀ ਦਿੱਤੀ ਸੀ, ਉਹਦੇ ਉੱਤੋਂ ਮੇਰੇ ਬੇਟਾ ਮੋਹਣੀ ਪਾਰਕ ਡਾਕਟਰ ਨਾਲ ਲੱਗਾ ਸੀ ਕਲੀਨਿਕ 'ਤੇ, ਹੋ ਸਕਦਾ ਜੋ ਮੈਂ ਹੁਣ ਸੋਚਿਆ, ਉਹਨੇ ਮੇਰੇ ਪਾਕਲ ਪੰਨ ਦਾ ਸਰਟੀਫਿਕੇਟ ਬਣਾਇਆ, ਉਹ ਜਿਹੜਾ ਮਤਲਬ ਥਾਣੇ ਵਾਲਾ SHO ਮੇਰੇ ਘਰ ਆਇਆ, ਉਹਨੂੰ ਦਿਖਾਇਆ ਗਿਆ ਵੀ ਸਾਡੀ ਮਾਤਾ ਪਾਕਲ ਆ, ਉਹਨਾਂ ਉਸ ਦਰਖਾਸਤ ਦਾ ਕੋਈ ਉਜਰ ਨਹੀਂ ਕੀਤਾ। ਹੁਣ ਮੈਂ ਫਿਰ ਕੱਲ੍ਹ ਦਰਖਾਸਤ ਦਿੱਤੀ ਆ, ਹੁਣ ਵੇਖੋ ਉਹਨੇ ਉਜਰ ਕਰਨ ਚਾਹੀਦਾ, ਮੈਂ ਹੁਣ ਦਰਖਾਸਤ ਬਾਬੇ 'ਤੇ ਦਿੱਤੀ ਆ। ਕੀ ਤੁਸੀਂ ਮੰਗ ਕਰਦੇ ਹੋ? ਮੰਗ ਵੀ ਮੈਂ ਬਾਬੇ ਨਾਲ ਸਾਡਾ ਸੰਬੰਧ ਟੁੱਟ ਜਾਵੇ, ਅਸੀਂ ਅੱਡ ਬਾਰੇ ਹਾਂ, ਮੈਂ ਕੁੜਮਾਂ ਵਾਲੀ ਹਾਂ, ਦਵਿਚਲਾ ਬੇਟਾ ਮੈਂ ਵਿਆਹਿਆ, ਮੇਰੇ ਬਹੁਤ ਚੰਗੇ ਕੁੜਮ ਆ, ਹੈੱਡ ਗ੍ਰੰਥੀ ਨੇ ਰਮਦਾਸ ਸਾਹਿਬ ਗੁਰਦੁਆਰੇ ਦੇ, ਅਤੇ ਮੈਂ ਇਹ ਕਹਿੰਦੀ ਵੀ ਅਸੀਂ ਆਪਣੇ ਘਰ ਦੋਵੇਂ ਜੀ ਮਿਲ ਗਏ, ਵਰਤ ਗਏ, ਆਪਣੇ ਬੱਚੇ ਵਿਆਹੀਏ, ਉਹਨਾਂ ਬਾਰੇ ਸੋਚ ਗਏ, ਅਤੇ ਬਾਬੇ ਨਾਲੋਂ ਸਾਡਾ ਲਿੰਕ ਟੁੱਟ ਜਾਵੇ। ਹਾਂਜੀ, ਹੋਰ ਕੀ ਕਹਿਣਾ ਚਾਹੁੰਦੇ ਤੁਸੀਂ? ਕਹਿਣਾ ਚਾਹੁੰਦੇ ਵੀ ਹੱਥ ਜੋੜ ਕੇ ਮੇਰੀ ਸਤਿਕਾਰ ਕਮੇਟੀ ਅੱਗੇ ਬੇਨਤੀ ਹੈ, ਮੈਂ ਸੁਖਵੰਤ ਕੌਰ, ਪਤਨੀ ਗੁਰਦੀਪ ਸਿੰਘ ਨੰਬਰਦਾਰ, ਪਿੰਡ ਕੋਟਲੀ, ਜ਼ਿਲ੍ਹਾ ਅੰਮ੍ਰਿਤਸਰ, ਤਹਿਸੀਲ ਅਜਨਾਲਾ, ਝੰਡੀਰ ਠਾਣਾ, ਉੱਥੋਂ ਦੇ ਰਹਿਣ ਵਾਲੀ ਹਾਂ। ਅੱਜ ਮੈਂ ਸੜਕਾਂ 'ਤੇ ਰੁਲ ਰਹੀ ਹਾਂ ਅੰਮ੍ਰਿਤ ਗੁਰੂ ਦਾ ਛੱਕ ਕੇ, ਮੈਂ ਗੁਰੂ ਦੀ ਧੀ ਹਾਂ, ਗੁਰੂ ਦੀ ਸਿੰਘਣੀ ਹਾਂ, ਮੇਰੀ ਸਤਿਕਾਰ ਕਮੇਟੀ ਅੱਗੇ ਹੱਥ ਜੋੜ ਕੇ ਬੇਨਤੀ ਆ, ਹੋਰ ਵੀ ਨਿਹੰਗ ਸਿੰਘ ਆ ਗਏ, ਹੋਰ ਵੀ ਜਥੇਬੰਦਕ, ਹੋਰ ਵੀ ਜਿਹੜੇ ਮੇਰੇ ਭਰਾ ਪੁੱਤ ਪਿਓਾਂ ਦੇ ਬਰਾਬਰ ਨੇ, ਉਹਨਾਂ ਅੱਗੇ ਵੀ ਹੱਥ ਜੋੜ ਕੇ ਬੇਨਤੀ ਆ ਵੀ ਮੇਰੀ ਗੱਲ ਦਾ ਸਤਿਕਾਰ ਕੀਤਾ ਜਾਵੇ, ਇਸ ਗੱਲ ਨੂੰ ਪੂਰਿਆ ਕੀਤਾ ਜਾਵੇ ਵੀ ਮੇਰੇ ਨਾਲ ਕਿਉਂ ਧੱਕਾ ਹੋ ਰਿਹਾ, ਦੱਸੋ ਮੈਂ ਕਿੱਥੇ ਜਾਵਾਂ। ਇੱਕ ਮੇਰੀ ਹੱਥ ਜੋੜ ਕੇ ਮੰਤਰੀ ਸਾਹਿਬ ਕੁਲਦੀਪ ਸਿੰਘ ਧਾੜੀਵਾਲ ਅੱਗੇ ਬੇਨਤੀ ਆ ਕਿ ਮੈਂ ਉਸ ਦਿਨ ਠੀਕ ਵੀ ਨਹੀਂ ਸੀ, ਡੰਡਾ ਫੜ ਕੇ ਡੋਰ ਤੋਂ ਡੋਰ ਤੇਰੀਆਂ ਵੋਟਾਂ ਕਹੀਆਂ ਸੀ, ਕੱਲ੍ਹ ਨੂੰ ਫੇਰ ਕਹਿਣੀਆਂ ਨੇ, ਵੋਟਾਂ ਦੇ ਨਗਰ ਵਾਲੇ ਮੇਰੇ ਪਿੱਛੇ ਹੀ ਆ ਬੀਬੀਆਂ, ਪਰ ਤੁਸੀਂ ਕਿਉਂ ਨਹੀਂ ਮੇਰੀ ਹੈਲਪ ਕਰਦੇ, ਮੇਰੀ ਹੈਲਪ ਕਰੋ, ਇਹ ਪਖੰਡੀ ਬਾਬੇ ਦੇ ਉੱਤੇ ਸਕੰਜਾ ਕੱਸੋ ਅਤੇ ਮੈਨੂੰ ਆਪਣੇ ਘਰ ਵਸਣ ਦਿਉ, ਮੈਂ ਬਹੁਤ ਦੁਖੀ ਹਾਂ, ਮੇਰੀ ਬੜੀ ਬੇਇੱਜ਼ਤੀ ਆ, ਮੈਂ ਕੁੜਮਾਂ ਵਾਲੀ ਹਾਂ, ਜਦੋਂ ਮੈਨੂੰ ਕੁੱਟ ਕੇ ਘਰੋਂ ਕੱਢਿਆ ਜਾਂਦਾ, ਮੈਂ ਕੀ ਜਾ ਕੇ ਕੁੜਮਾਂ 'ਚ ਨੱਕ ਵਿਖਾਵਾਂ, ਕੀ ਜਾ ਕੇ ਆਪਣੇ ਪੇਕੇ ਮੂੰਹ ਵਿਖਾਵਾਂ, ਮੈਂ ਕੀ ਗਲਤੀ ਕੀਤੀ, ਕੀ ਗੁਨਾਹ ਮੇਰੇ 'ਚ, ਮੇਰਾ ਗੁਨਾਹ ਸਾਫ਼ ਕੀਤਾ ਜਾਵੇ। ਜਿਹੜੀ ਦਰਖਾਸਤ ਦਿੱਤੀ ਪੁਲਿਸ ਨੇ ਕੀ ਕਿਹਾ ਵਾ, ਜਾਂ ਕੋਈ ਟਾਈਮ ਦਿੱਤਾ ਤੁਹਾਨੂੰ? ਹੁਣ ਪੁਲਿਸ ਨੇ ਟਾਈਮ ਦਿੱਤਾ ਕੱਲ੍ਹ 4 ਵਜੇ ਦਾ, ਉਹਨਾਂ ਨੂੰ ਉੱਥੇ ਲਿਆਉਣਗੇ ਪਾਪੀਆਂ ਨੂੰ।
ਪੰਜਾਬ ਦੀਆਂ ਵੱਡੀਆਂ ਅਤੇ ਤਾਜ਼ਾ ਖਬਰਾਂ ਦੇ ਲਈ ਅੱਜ ਦੀ ਆਵਾਜ਼ ਦੇ ਫੇਸਬੁੱਕ ਪੇਜ ਨੂੰ ਲਾਈਕ ਕਰੋ, ਪੇਜ ਫੋਲੋ ਕਰ ਆਪਣੇ ਦੋਸਤਾਂ ਦੇ ਨਾਲ ਸਾਂਝਾ ਕਰੋ। ਦੇਸ਼ ਵਿਦੇਸ਼ ਨਾਲ ਜੁੜੀਆਂ ਹਰ ਤਰ੍ਹਾਂ ਦੀਆਂ ਖਬਰਾਂ ਲਈ ਤੁਸੀਂ ਸਾਡੇ ਯੂਟਿਊਬ ਚੈਨਲ ਅੱਜ ਦੀ ਆਵਾਜ਼ ਨੂੰ ਸਬਸਕ੍ਰਾਈਬ ਕਰੋ। ਹਰ ਇੱਕ ਤਰ੍ਹਾਂ ਦੀ ਲੇਟੈਸਟ ਬ੍ਰੇਕਿੰਗ ਖਬਰ ਲਈ ਸਾਨੂੰ ਤੁਸੀਂ ਇੰਸਟਾਗ੍ਰਾਮ ਦੇ ਉੱਤੇ ਵੀ ਫੋਲੋ ਕਰੋ। ਦੇਸ਼ ਵਿਦੇਸ਼ ਦੀ ਹਰ ਇੱਕ ਤਰ੍ਹਾਂ ਦੀ ਖਬਰ ਹੁਣ ਤੁਹਾਨੂੰ ਮਿਲੇਗੀ ਸਿਰਫ ਅੱਜ ਦੀ ਆਵਾਜ਼ ਦੇ ਉੱਤੇ। ਤੁਸੀਂ ਅੱਜ ਦੀ ਆਵਾਜ਼ ਦਾ ਈ ਪੇਪਰ ਐਡੀਸ਼ਨ ਪੜ੍ਹਨ ਲਈ ਸਾਡੀ ਵੈਬਸਾਈਟ ਦੇ ਉੱਤੇ ਵੀ ਵਿਜ਼ਿਟ ਕਰ ਸਕਦੇ ਹੋ। ਕੈਨੇਡਾ ਹੋਵੇ ਜਾਂ ਫਿਰ ਇੰਗਲੈਂਡ, ਅਮੈਰੀਕਾ ਹੋਵੇ ਜਾਂ ਫਿਰ ਆਸਟ੍ਰੇਲੀਆ, ਪੰਜਾਬੀ ਭਾਈਚਾਰੇ ਨਾਲ ਜੁੜੀ ਹਰ ਇੱਕ ਖਬਰ ਪਹੁੰਚਾਈ ਜਾਵੇਗੀ ਤੁਹਾਡੇ ਤੱਕ। ਚੁੱਕੇ ਜਾਣਗੇ ਮਸਲੇ, ਹੋਵੇਗੀ ਹੱਕ ਦੀ ਗੱਲ। ਗਰੀਬਾਂ ਅਤੇ ਪਿਛੜਿਆਂ ਦਾ ਇੱਕੋ ਇੱਕ ਭਰੋਸੇਮੰਦ ਨਿਊਜ਼ ਚੈਨਲ ਅੱਜ ਦੀ ਆਵਾਜ਼। ਰੋਜ਼ਾਨਾ ਅੱਜ ਦੀ ਆਵਾਜ਼, ਪੰਜਾਬ ਦੀ ਭਰੋਸੇਮੰਦ ਅਖ਼ਬਾਰ।